ਸਤਿ ਸ਼੍ਰੀ ਅਕਾਲ ਗੁਰੂ ਜੀ ਤੇ ਸਾਥ ਸੰਗਤ ਜੀ ਅਸੀਂ ਨੌਵੀਂ ਅਸ਼ਪਦੀ ਵਿੱਚ ਪ੍ਰਮਾਤਮਾ ਨੂੰ ਪ੍ਰਾਪਤ ਕੀਤੇ ਹੋਏ ਪੁਰਖਾਂ ਦੇ ਅਨੇਕ ਨਾਮਾਂ ਅਤੇ ਲਕਸ਼ਣ ਸੁਨੇ ਤੇ ਸਮਝੇ ਹਨ ਫਿਰ ਉਹਨਾਂ ਨੇ ਇਹ ਕਿਹਾ ਕਿ ਆਪ ਹੀ ਉਹ ਤਰੰਗ ਰੂਪ ਹੋ ਕੇ ਸਥੂਲ ਪਸਾਰਾ ਕਰ ਰਹੇ ਹਨ ਹੁਣ ਉਹ ਪਸਾਰਾ ਜਾਂ ਰਚਨਾ ਦਾ ਅਨੇਕ ਨਾਵਾਂ ਦਾ ਵਰਣਨ ਜੋ ਹੈ वह दसवीं विच है श्लोक उसत करे अनेक जन अंत न पारा वार नानक रचना प्रभ रची बौभुद अनेक प्रकार परमात्मा कहें कि अनेक जन परमेश्वर की उसत करते हैं पर उसत उसू सारा वर्णन नहीं कर सकती क्योंकि उसका ना अंत है न पारावार है ਉਸੇ ਅਨੰਤ ਤੇ ਅਨਹਦ ਪ੍ਰਭ ਨੇ ਏ ਨਾਨਕ ਇਸ ਸਾਰੀ ਦਿਸਣ ਵਾਲੀ ਤੇ ਨਾ ਦਿਸਣ ਵਾਲੀ ਰਚਨਾ ਰਚੀ ਹੈ। ਇਹ ਕਈ ਕਿਸਮਾਂ ਦੀ ਹੈ ਤੇ ਅਗੋ ਅਨੇਕਾਂ ਭਾਂਤਾਂ ਦੀ ਹੈ। ਅਸ਼ਪਦੀ ਕਈ ਕੋਟ ਹੋਏ ਪਿਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਪਰਮੇ ਉਦਾਸੀ ਕਈ ਕੋਟ ਬੇਦ ਕਿਸ ਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਪਕਾਪ ਵਿਚਾਰੇ ਕਈ ਕੋਟ ਨਵਤਨ ਨਾਮ ਧਾਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਇਸ ਅਸ਼ਪਦੀ ਵਿੱਚ ਧਾਰਮਿਕ ਲੋਕਾਂ ਦਾ ਕਥਨ ਕਰ ਰਹੇ ਹਨ ਪ੍ਰਮਾਤਮਾ ਕਹਿੰਦੇ ਹਨ ਕਈ ਕਰੋੜ ਤਾਂ ਪਰਮੇਸ਼ਵਰ ਦੀ ਪੂਜਾ ਕਰਨ ਵਾਲੇ ਹਨ ਕਈ ਕਰੋੜ ਕਰਮਾਂ ਦੇ ਕਰਨ ਹਾਰੇ ਹਨ ਕਈ ਕਰੋੜ ਤੀਰ ਤੇ ਵਸਣ ਵਾਲੇ ਹਨ ਕਈ ਕਰੋੜ ਉਦਾਸ ਹੋ ਕੇ ਜੰਗਲਾਂ ਵਿੱਚ ਫਿਰ ਰਹੇ ਹਨ ਕਈ ਕਰੋੜ ਵੇਦ ਨੂੰ ਸੁਣ ਰਹੇ ਹਨ ਕਈ ਕਰੋੜ ਤਪ-ਤਾਪ ਤੇ ਤੱਪੀਆਂ ਵਿੱਚ ਵੱਡੇ ਤੱਪੀ ਹੋ ਰਹੇ ਹਨ ਕਈ ਕਰੋੜ ਆਪਣੇ ਆਤਮਾ ਦਾ ਧਿਆਨ ਧਰ ਰਹੇ ਹਨ ਕਈ ਕਰੋੜ ਕਵੀਆਂ ਦੇ ਰਚੇ ਕਾਵਿ ਧਾਰਮਿਕ ਪੁਸਤਕਾਂ ਵਿਚਾਰਦੇ ਹਨ ਕਈ ਕਰੋੜ ਐਸੇ ਹਨ ਜੋ ਪਰਮੇਸ਼ਵਰ ਦਾ ਨਾਮ ਧਿਆਉਂਦੇ ਹਨ ਪਰ ਇੱਕੋ ਨਾਮ ਨਹੀਂ ਨਵੇਂ ਤੋਂ ਨਵੇਂ ਨਾਮ ਧਿਆਉਂਦੇ ਹਨ ਤੇ ਸੁਖੀ ਹੁੰਦੇ ਹਨ ਪਰ ਰਚਨਹਾਰ ਦਾ ਅੰਤ ਪਾ ਨਹੀਂ ਸਕਦੇ ਗੁਰੂ ਸਾਹਿਬ ਸਮਝਾਉਂਦੇ ਹਨ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਿਗ आत्म निकोर कई कोट पर درب को हिरयो कई कोट पर दुख ना करयो कई कोट माया श्रम माहे कई कोट पर देस पर माई जित जित लावो तित तित लगना नानक करते की जाने करता रचना इस पदे विच गुरु साहब दस रहे हन कि मोह ममता वालेन नु किस तरह दी दृष्टि उना ते परमात्मा दी है कहंदे हन ਕਈ ਕਰੋੜ ਖੁਦ ਵਿੱਚ ਹੀ ਮਗਨ ਐ ਕਮੰਡ ਵਿੱਚ ਰਹਿ ਰਹੇ ਹਨ। ਕਈ ਕਰੋੜ ਬਹੁਤ ਅਗਿਆਨੀ ਹਨ ਭਾਵ ਮੂਰਖਤਾ ਦੇ ਜੀਵਨ ਜੀ ਰਹੇ ਹਨ। ਕਈ ਕਰੋੜ ਪੱਥਰ ਦੀਵਾਰੇ ਕੰਜੂਸ ਹਨ ਭਾਵ ਉਹ ਕਿਸੇ ਤੇ ਤਰਸ ਨਹੀਂ ਕਰਦੇ ਉਹਨਾਂ ਲਈ ਸਿਰਫ ਮਾਇਆ ਹੀ ਸਭ ਕੁਝ ਹੈ। ਕਈ ਕਰੋੜ ਨਾ ਭਿੱਜਣ ਵਾਲੇ ਹਨ ਤੇ ਨਾ ਆਤਮਾ ਦੇ ਬਹੁਤੇ ਹੀ ਕੋਰੇ ਹਨ। ਕਈ ਕਰੋੜ ਪਰਾਏ ਤੁਨੂੰ ਖੋ ਜਾਂ ਚੁਰਾ ਲੈਂਦੇ ਹਨ ਕਈ ਕਰੋੜ ਦੂਸਰਿਆਂ ਦੀ ਨਿੰਦਾ ਕਰਦੇ ਹਨ ਤੇ ਝੂਠੇ ਦੋਸ਼ ਲਾਉਂਦੇ ਹਨ ਕਈ ਕਰੋੜ ਧਨ ਕਮਾਉਂਦੇ ਹਨ ਬਹੁਤ ਮੁਸ਼ਕਲਾਂ ਕਰ ਰਹੇ ਹਨ ਕਈ ਕਰੋੜ ਪਰਦੇਸਾਂ ਵਿੱਚ ਫਿਰ ਰਹੇ ਹਨ ਜਿੱਧਰ ਜਿੱਧਰ ਹੈ ਕਰਤਾਰ ਆਪ ਲਾ ਰਹੇ ਹੋ ਉਧਰ-ਉਧਰ ਜੀਵਾਂ ਨੇ ਲੱਗਣਾ ਹੈ ਗੁਰੂ ਸਾਹਿਬ ਕਹਿੰਦੇ ਹਨ ਆਪਣੀ ਰਚਨਾ ਨੂੰ ਰਚਨਹਾਰਾ ਆਪ ਹੀ ਜਾਣਦਾ ਹੈ ਇਸ ਪਦੇ ਵਿੱਚ ਮਾਇਆ ਤੇ ਉਹਦੇ ਮੋਹ ਤੇ ਮਮਤਾ ਦੀ ਦਾ ਜ਼ਿਕਰ ਹੋ ਰਿਹਾ ਹੈ ਕਈ ਕੋਟ ਸ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਚਾਏ ਕਈ ਕੋਟ ਪਵਨ ਪਾਣੀ ਬੇਸੰਤਰ ਕਈ ਕੋਟ ਦੇਸ ਪੂਮੰਡਲ ਕਈ ਕੋਟ ਸਸ਼ੀਰ ਸੁਰ ਨਖਤਰ ਕਈ ਕੋਟ ਦੇਵ ਤਾਨਵ ਇੰਦਰ ਸਿਰ ਛਤਰ सगल ਸਮਗਰੀ ਆਪਣੇ ਸੂਤਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਇਸ ਪਦੇ ਵਿੱਚ ਜਗਤ ਦੀ ਰਚਨਾ ਦੀ ਵਿਸ਼ਾਲਤਾ ਬਾਰੇ ਦੱਸਿਆ ਗਿਆ ਹੈ ਕਈ ਕਰੋੜ ਹਨ ਜੋ ਸਿੱਧ ਜਤੀ ਤੇ ਜੋਗੀ ਹਨ ਕਈ ਕਰੋੜ ਹਨ ਜੋ ਰਸ ਨੂੰ ਭੋਗਦੇ ਹਨ ਕਈ ਕਰੋੜ ਉਡਣ ਵਾਲੇ ਪੰਛੀ ਤੇ ਕਈ ਕਰੋੜ ਬਿਨ ਪੈਰਾਂ ਤੁਰਨ ਵਾਲੇ ਸੱਪ ਜਿਸ ਤਰ੍ਹਾਂ ਹੁੰਦੇ ਹਨ ਉਹ ਦੱਸਿਆ ਗਿਆ ਹੈ ਇਸ ਪੰਕਤੀ ਵਿੱਚ ਕਈ ਕਰੋੜ ਜੋ ਹਨ ਉਹ ਪੱਥਰ ਕੋਈ ਵ੍ਰਿਸ਼ ਪੈਦਾ ਕੀਤੇ ਹਨ ਪ੍ਰਮਾਤਮਾ ਨੇ ਕਈ ਕਰੋੜ ਪਵਨ ਪਾਣੀ ਤੇ ਅਗਨੀ ਵਰਗੇ ਪਦਾਰਤ ਪੈਦਾ ਕੀਤੇ ਹਨ ਉਸ ਵਾਹਿਗੁਰੂ ਨੇ ਕਈ ਕਰੋੜ ਪ੍ਰithvi ਮੰਡਲ ਰਚੇ ਹਨ ਤੇ ਉਹਨਾਂ ਤੇ ਦੇਸ਼ ਬਣੇ ਹਨ ਕਈ ਕਰੋੜ ਚੰ드ਰਾ ਸੂਰਜ ਅਤੇ ਤਾਰੇ ਹਨ ਕਈ ਕਰੋੜ ਰਾਖਸ਼ਸ ਤੇ ਦੇਵਤੇ ਤੇ ਉਹਨਾਂ ਦੇ ਸਰਦਾਰ ਸਿਰ ਤੇ ਛਤਰਾਂ ਵਾਲੇ ਰਚੇ ਹਨ ਇਸ ਸਾਰੀ ਰਚਨਾ ਨੂੰ ਆਪਣੇ ਹੁਕਮ ਤੇ ਪ੍ਰਬੰਧ ਵਿੱਚ ਪ੍ਰਮਾਤਮਾ ਨੇ ਆਪ ਰਚਿਆ ਹੈ ਜਿਸ ਜਿਸ ਨੂੰ ਤਾਰਨਾ ਹੈ ਪਰਮੇਸ਼ਵਰ ਨੂੰ ਉਹ ਉਹਨਾਂ ਨੂੰ ਜੋ ਭੌਂਦਾ ਹੈ ਉਸੇ ਨੂੰ ਤਾਰਦੇ ਹਨ ਤੇ ਸਕੂਰੂ ਸਾਹਿਬ ਕਹਿੰਦੇ ਹਨ ਇਸ ਪਦੇ ਵਿੱਚ ਕੇ ਸਭ ਉਹਨਾਂ ਦੀ ਹੀ ਰਚਨਾ ਹੈ ਸਭ ਉਹਨਾਂ ਦੀ ਹੀ ਖੇਡ ਹੈ ਤੇ ਜਿਹਨੂੰ ਪਾਰ ਲਾਣਾ ਹੈ ਉਹ ਉਹਨਾਂ ਦੀ ਹੀ ਕਿਰਪਾ ਤੇ ਉਹਨਾਂ ਦਾ ਹੀ ਪ੍ਰਸਾਦ ਸਤਕਾ ਹੁੰਦਾ ਹੈ ਕਈ ਕੋਟ ਰਾਜਸਤਾਨ ਸਤਕ ਕਈ ਕੋਟ ਭੇਦ ਪੁਰਾਨ ਸਿਮਰਤੀ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੀਰ ਸੁਵਰਨ ਥੀਵੇ ਕਈ ਕੋਟ ਜਕ ਕਿੰਨਰ ਪਿਸਾਚ ਕਈ ਕੋਟ ਪੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਅਲਿਪਤ ਰਹਾ ਭਰਪੂਰ ਗੁਰੂ ਸਾਹਿਬ ਕਹਿੰਦੇ ਹਨ ਕਈ ਕਰੋੜ ਜੀਵ ਆਪਣੇ ਰਜੋ ਤਮੋ ਤੇ ਸਤੋ ਗੁਣਾ ਵਾਲੇ ਹਨ ਕਈ ਕਰੋੜ वेद पुराण स्मृतियां ते शास्त्र ਤਿੰਨਾ ਤਰ੍ਹਾਂ ਦੇ ਗੁਣਾ ਤੋਂ ਨਿਰਪੂਰਣ ਹੋ ਕੇ ਕਾਰਣ ਵਾਲੇ ਗ੍ਰੰਥ ਹਨ ਕਈ ਕਰੋੜ ਰਤਨ ਸਮੁੰਦਰਾਂ ਵਿੱਚ ਉਪਾਏ ਦੇ ਨਾਲ ਹੀ ਕਈ ਕਰੋੜ ਅਨੇਕਾਂ ਪਾਤਾਂ ਦੇ ਜੰਤੂ ਹਨ ਕਈ ਕਰੋੜ ਵੱਡੀ ਅਰਬਲਾ ਵਾਲੇ ਜੀਵ ਹਨ ਕਈ ਕਰੋੜ ਸਾਧਾਰਨ ਪਹਾੜ ਪਹਾੜੀਆਂ ਤੇ ਸੋਨੇ ਦੇ ਪਰਵਤ ਸੁਮੇਰ ਬਣੇ ਹਨ ਕਈ ਕਰੋੜ ਇੱਕ ਕਿਨਰ ਤੇ ਪਿ사ਚ ਰਚੇ ਹਨ ਕਈ ਕਰੋੜ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ ਆਪ ਪਰਮੇਸ਼ਵਰ ਸਭਨਾ ਦੇ ਨੇੜੇ ਹਨ ਤੇ ਸਭ ਤੋਂ ਦੂਰ ਹਨ ਗੁਰੂ ਸਾਹਿਬ ਕਹਿੰਦੇ ਹਨ ਆਪ ਪ੍ਰਭੂ ਅਲਿਪਤ ਵੀ ਹੈ ਅਤੇ ਆਪ ਹੀ ਸਭ ਵਿੱਚ ਪੂਰਨ ਵੀ ਹੋ ਰਹੇ ਹਨ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨ ਮਰ ਜਾਏ ਕਈ ਕੋਟ ਬੋ ਜੋਨੀ ਫਿਰਾਏ ਕਈ ਕੋਟ ਬੈਠਾ ਥੀ ਖਾਏ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਕੀਏ ਤਨਵੰਦ ਕਈ ਕੋਟ ਮਾਇਆ ਮੇ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਤੇ ਪ੍ਰਮਾਤਮਾ ਕਹਿੰਦੇ ਹਨ ਕਰੋੜਾਂ ਹੀ ਜੀਵ ਜੋ ਹੈ ਉਹ ਪਤਾਲ ਵਿੱਚ ਵਸਦੇ ਹਨ ਕਈ ਕਰੋੜ ਨਰਕ ਚ ਤੇ ਕਈ ਕਰੋੜ ਸਵਰਗ ਚ ਰਹਿੰਦੇ ਹਨ ਕਈ ਕਰੋੜ ਜਾਂਦੇ ਹਨ ਕਈ ਜੀਵਨ ਬਸਰ ਕਰ ਰਹੇ ਹਨ ਤੇ ਫੇਰ ਉਹ ਮਰ ਜਾਂਦੇ ਹਨ ਕਈ ਕਰੋੜ ਪੋਤੀਆਂ ਜੂਨੀਆਂ ਵਿੱਚ ਫਸਦੇ ਹਨ ਕੋਈ ਬੈਠੇ ਬੈਠੇ ਹੀ ਖਾਂਦੇ ਹਨ ਕਈ ਕਰੋੜ ਕਮਾਈਆਂ ਕਰਕੇ ਥੱਕ ਜਾਂਦੇ ਹਨ ਕਈ ਕਰੋੜ ਧਨਵਾਨ ਬਣਾਏ ਹਨ ਕਈ ਕਰੋੜ ਮਾਇਆ ਲਈ ਬਹੁਤ ਸਾਰੇ ਚਿੰਤਾਵਾਂ ਕਰਦੇ ਹਨ ਇਸ ਤਰ੍ਹਾਂ ਦੇ ਬਣਾਏ ਹਨ ਜਿੱਥੇ-ਜਿੱਥੇ ਪਰਮੇਸ਼ਵਰ ਨੂੰ ਪੁਆਉਂਦਾ ਹੈ ਉਹ ਉੱਥੇ-ਉੱਥੇ ਆਪਣੇ ਪਿਆਰਿਆਂ ਨੂੰ ਰੱਖਦਾ ਹੈ ਗੁਰੂ ਸਾਹਿਬ ਦੱਸਦੇ ਹਨ ਕਿ ਸਭ ਕੁਝ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਹੀ ਰੱਖਿਆ ਹੈ ਇਸ ਅਸ਼ਪਤੀ ਵਿੱਚ ਜੋ ਪ੍ਰਭੂ ਦੇ ਪ੍ਰੇਮੀ ਹਨ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਕਈ ਕੋਟ ਵੈਰਾਗਵਾਨ ਹੋ ਜਾਂਦੇ ਹਨ ਉਹਨਾਂ ਦੀ ਲਿਵ ਪਰਮੇਸ਼ਵਰ ਦੇ ਨਾਮ ਨਾਲ ਲੱਗ ਗਈ ਹੈ ਕਈ ਕਰੋੜ ਪ੍ਰਭੂ ਨੂੰ ਹੀ ਖੋਜਦੇ ਹਨ ਉਹਨਾਂ ਦੀ ਆਤਮਾ ਵਿੱਚ ਉਹ ਪ੍ਰਮਾਤਮਾ ਨੂੰ ਲੱਭ ਲੈਂਦੇ ਹਨ। ਕਈ ਕਰੋੜ ਪ੍ਰਭੂ ਦੇ ਦਰਸ਼ਨ ਦੀ ਚਾਹ ਰੱਖਦੇ ਹਨ। ਉਹਨਾਂ ਨੂੰ ਉਹ ਅਬਿਨਾਸੀ ਪ੍ਰਭ ਆਪ ਹੀ ਮਿਲ ਜਾਂਦਾ ਹੈ। ਕਈ ਕਰੋੜ satsang ਲੱਭਦੇ ਹਨ। ਉਹਨਾਂ ਨੂੰ ਅਕਾਲ ਪੁਰਖ ਦਾ ਪ੍ਰੇਮ ਲੱਗ ਜਾਂਦਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ ਕਿ ਉਹ ਪੁਰਖ ਤਨ ਹਨ। ਉਹ ਸਦਾ ਤਨ ਹਨ ਜਿਨ੍ਹਾਂ ਉੱਤੇ ਰੱਬ ਆਪ ਮਿਹਰવાન ਹੋ ਜਾਂਦਾ ਹੈ। ਤੇ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ कि यह पसारा सदा नहीं रहना पर प्रसारण वाला एक एकंकार सदा ही रहना है भाव और रब ही हमेशा रहना है बाकी सब माया है कई कोट खाणी और खंड कई कोट आकाश ब्रह्मांड कई कोट होए अवतार कई युगत कीने विस्तार कई कोट बार पसर्यो पासार सदा सदा एक एकंकार ਕੋਈ ਕੋਟ ਕੀਏ ਬਹਾਪਤ ਪ੍ਰਭ ਤੇ ਹੋਏ ਪ੍ਰਭ ਮਾਹੀ ਸਮਾਤ ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਪ੍ਰਮਾਤਮਾ ਕਹਿੰਦੇ ਹਨ ਕਿ ਕਈ ਕਰੋੜ ਖਾਣਿਆ ਤੇ ਖੰਡ ਹਨ ਕਈ ਕਰੋ ਕਰੋੜ ਜਿਹੜੇ ਹਨ ਉਹ ਆਕਾਸ਼ ਤੇ ਬ੍ਰਹਮੰਡ ਹਨ ਕਈ ਕਰੋੜ ਜੀਵ ਵਿੱਚ ਅਵਤਾਰਨ ਹੋਏ ਹਨ ਜਗਤ ਰਚਨਾ ਦਾ ਇਹ ਵਿਸਥਾਰ ਆਪੇ ਹੀ ਹੋਇਆ ਹੈ ਕਈ ਜੁਗਤਾਂ ਨਾਲ ਪ੍ਰਭੂ ਨੇ ਆਪ ਕੀਤਾ ਹੈ ਕਈ ਵਾਰ ਇਹ ਫੈਲਾਉ ਫੈਲਾਇਆ ਹੈ ਪਾਪ ਸੰਸਾਰ ਰਚਿਆ ਗਿਆ ਹੈ ਪਰ ਇਹ ਕਾਲ ਪੁਰਖੀ ਸਦੀਵ ਹੈ ਉਹੀ ਹਮੇਸ਼ਾ ਰਹਿੰਦੇ ਹਨ ਤੇ ਨਿਤ ਆਪਣੇ ਸਰੂਪ ਵਿੱਚ ਸਥਿਤ ਰਹਿੰਦੇ ਹਨ ਹਰ ਰਚਨਾ ਵਿੱਚ ਕੋਈ ਨਾ ਕੋਈ ਜੀਵ ਬਹੁਤੀਆਂ ਭਾਤਾਂ ਕਰਕੇ ਪ੍ਰਭੂ ਦੇ ਰਚੇ ਹੋਏ ਹਨ ਪ੍ਰਭੂ ਤੋਂ ਉਤਪਤ ਹੋਏ ਹਨ ਪ੍ਰਭੂ ਵਿੱਚ ਹੀ ਸਮਾਉਂਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਉਹ ਪ੍ਰਭੂ ਦਾ ਅੰਤ ਕੋਈ ਨਹੀਂ ਜਾਣਦਾ ਉਹ ਪ੍ਰਭੂ ਆਪ ਹੀ ਹੈ ते आप ही सब विच वर्तदा है कई कोट भय बैरागी राम नाम संग तिन लागी। कई कोट प्रभ को खो जनते आत्म में पार ब्रह्म लहंते। कई कोट दर्शन प्रभ प्यास तिनको मिलावो प्रभ अविनाश कई कोट मांगे सत्संग पार ब्रह्म तिन लागा रंग। जिनको होए आप सुप्रसन्न नानक तेजन सदा तन तन कई कोट पार ब्रह्म के दास आत्म कई कोट कईकोट तत्के बेते सदा निहारे एको नेत्रे कई कोट नाम रस पीवे रसपीवे सत सद, सद ही जीवे कई कोट नाम गुण गावो आत्म सुख सहज समावो अपने जन को सास सास समारे नानक ओय परमेश्वर के प्यारे ਇਸ ਅਸ਼ਪਦੀ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਉਹ ਸਦਾ ਸਲਾਮਤ ਨਿਰੰਕਾਰ ਦੀ ਪ੍ਰਾਪਤੀ ਜੋ ਹੈ ਉਹ ਭਗਤੀ ਨਾਲ ਹੀ ਹੁੰਦੀ ਹੈ ਤੇ ਭਗਤੀ ਨਾਲ ਗਿਆਨ ਹੁੰਦਾ ਹੈ ਤੇ ਗਿਆਨ ਉਹਨਾਂ ਨੂੰ ਇਹ ਦੱਸਦਾ ਹੈ ਕਿ ਪ੍ਰਮਾਤਮਾ ਸਭ ਥਾਂ ਵਿਆਪਤ ਹੈ। ਕਈ ਕਰੋੜ ਪਰਮ ਦੇ ਦਾਸ ਹਨ ਕਈ ਉਹਨਾਂ ਵਿੱਚ ਉਹਨਾਂ ਨੂੰ ਪ੍ਰਕਾਸ਼ ਹੋ ਜਾਂਦਾ ਹੈ ਆਪਣੇ ਬਾਰੇ ਗਿਆਨ ਹੋ ਜਾਂਦਾ ਹੈ ਕਿ ਅਸਲ ਪ੍ਰਮਾਤਮਾ ਹੀ ਹੈ ਜੋ ਸਰਵ ਵਿਆਪਕ ਹੈ। ਕਈ ਕਰੋੜ ਸਾਰੇ ਤਤ ਨੂੰ ਜਾਣ ਜਾਂਦੇ ਹਨ ਉਹ ਸਦਾ ਇੱਕ ਪ੍ਰਭੂ ਨੂੰ ਹੀ ਆਪਣੇ ਨੇਤਰਾ ਨਾਲ ਦੇਖਦੇ ਹਨ ਕਈ ਕਰੋੜ ਨਾਮ ਰਸ ਪੀਂਦੇ ਹਨ ਉਹ ਮੌਤ ਤੋਂ ਰਹਿਤ ਹੋ ਕੇ ਸਦਾ ਹੀ ਜੀਂਦੇ ਹਨ ਕਈ ਕਰੋੜ ਪਰਮੇਸ਼ਵਰ ਦੇ ਨਾਮ ਤੇ ਗੁਣਾਂ ਨੂੰ ਗਾਉਂਦੇ ਹਨ ਉਹ ਆਤਮ ਰਸ ਤੇ ਸਹਿਜ ਸੁਖ ਵਿੱਚ ਹਮੇਸ਼ਾ ਸਮਾਇਰੇ ਰਹਿੰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਜੋ ਉਸ ਨੇ ਆਪਣੇ ਆਪ ਕਰ ਲਿਆ ਹੈ ਉਹ ਆਪਣੇ ਜਨਾਂ ਨੂੰ ਪਲ-ਪਲ ਵਿੱਚ ਸੰਭਾਲਦਾ ਹੈ ਉਹੀ ਪਰਮੇਸ਼ਵਰ ਹੈ ਜੋ ਪਿਆਰੇ ਨੂੰ ਪਿਆਰ ਦਿੰਦਾ ਹੈ ਭਾਵ ਜਿਨ੍ਹਾਂ ਪ੍ਰੇਮੀਆਂ ਨੂੰ ਪ੍ਰਭੂ ਦਾ ਪਿਆਰ ਮਿਲ ਜਾਏ ਜਾਂ ਜਿਨ੍ਹਾਂ ਪ੍ਰੇਮੀਆਂ ਨੂੰ ਪ੍ਰਭੂ ਆਪ ਪਿਆਰ ਕਰਨ ਲੱਗ ਜਾਣ ਅਸਲ ਪ੍ਰੇਮੀ ਉਹੀ ਹਨ ਸ਼ੁਕਰਾਨਾ ਗੁਰੂ ਜੀ ਮਹਾਰਾਜ ਬੇਅੰਤ ਬੇਅੰਤ ਸ਼ੁਕਰਾਨਾ ਸਾਨੂੰ ਸਮਝਾਉਣ ਲਈ ਕਿ ਸਭ ਪਸਾਰਾ ਹੈ ਇਹ ਸਭ ਮਾਇਆ ਹੈ ਸਭ ਕੁਝ ਆਣੀ ਜਾਣੀ ਹੈ ਸਿਰਫ ਤੁਸੀਂ ਹੀ ਹਮੇਸ਼ਾ ਸਥਿਰ ਹੋ ਸ਼ੁਕਰਾਨਾ